ਹੈਲੋ एवरीवन ਪਿਛੇ ਅੱਜ ਆਪਾਂ ਰਬੀ ਕ੍ਰੌਪਸ ਯਾਨੀ ਕਿ ਹੜੀ ਦੀਆਂ ਫਸਲਾਂ ਬਾਰੇ ਜਿਹੜਾ ਹੈ ਟੋਪਿਕ ਕਰਨ ਜਾ ਰਹੇ ਹਾਂ ਪਿਛੇ ਆਪਾਂ ਜਿਹੜਾ ਹੈ ਖਰੀਫ ਕ੍ਰੌਪਸ ਬਾਰੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਖਰੀਫ ਕ੍ਰੌਪਸ ਬਾਰੇ ਜਾਣਿਆ ਸੀ ਕਿ ਕਿਹੜੀ-ਕਿਹੜੀਆਂ ਫਸਲਾਂ ਜਿਹੜੀਆਂ ਸੌਣੀ ਦੇ ਵਿੱਚ ਹੁੰਦੀਆਂ ਨੇ ਹੁਣ ਆਪਾਂ ਰਬੀ ਕ੍ਰੌਪਸ ਯਾਨੀ ਕਿ ਹੜੀ ਦੀ ਜਿਹੜੇ ਫਸਲਾਂ ਉਹਨਾਂ ਬਾਰੇ ਜਾਣਾਂਗੇ ਸਭ ਤੋਂ ਪਹਿਲੀ ਜਿਹੜੀ ਫਸਲ ਹੈ ਉਹ ਦੋਸਤੋ wheat ਬੀਟ ਦਾ ਜਿਹੜਾ ਬੋਟਨिकल ਨੇਮ ਟ੍ਰਿਟਿਕਮ ਐਚਟੀਯੂਐਮ ਹੈ ਤੇ ਇਹ ਤੁਸੀਂ ਬੀਟ ਦੀ ਜਿਹੜੀ ਪਿਕਚਰ ਤੇ ਦੇਖ ਸਕਦੇ ਹੋ ਇਹ ਦੋਸਤੋ ਇੱਕ ਜਿਹੜਾ ਗ੍ਰੇਨਸ ਹੁੰਦਾ ਹੈ ਇਹਦੇ ਵਿੱਚ ਇਹ ਜਿਹੜੇ ਤੁਸੀਂ ਜਿਹੜੇ ਥ੍ਰੈਡ ਲਾਈਕ ਸਟਰਕਚਰ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਦੋਸਤੋ ਆਨਸ ਕਿਹਾ ਜਾਂਦਾ ਹੈ ਏਡਬਲਯੂ ਐਨਐਸ ਇਹ ਡਬਲਯੂ ਐਨਐਸ ਇਹਨਾਂ ਨੂੰ ਆਨਸ ਕਿਹਾ ਜਾਂਦਾ ਹੈ ਤੇ ਉੱਤੇ ਜਿਹੜਾ ਗ੍ਰੇਨ ਦੇ ਉੱਤੇ ਜਿਹੜਾ ਛਿਲਕੇ ਹੁੰਦੇ ਨੇ ਇਹਨਾਂ ਨੂੰ ਪਹਿਲੀ ਲੈਮਾ ਤੇ ਹਲਕਿਆ ਜਾਂਦਾ ਹੈ ਜਿਹੜਾ ਵੀਟ ਦੇ ਵਿੱਚ ਜਿਹੜਾ ਆ ਇੰਡੀਆ ਜਿਹੜਾ ਪਹਿਲਾ ਰੈਂਕ ਹੈ ਦੋਸਤੋ ਸੀਰੀਅਲਸ ਦੇ ਵਿੱਚ ਅਨਾਜ ਦੇ ਵਿੱਚ ਜਿਹੜਾ ਹੈ ਕਣਕ ਦਾ ਪਹਿਲਾ ਸਥਾਨ ਹੈ ਬੋਟੈਨੀਕਲ ਨੇਮ ਦੀ ਜੇ ਆਪਾਂ ਗੱਲ ਕਰੀਏ ਤਾਂ ਟ੍ਰਿਟਿਕਮ ਐਸਟੀਓਮ ਹੈ ਜਿਸ ਨੂੰ ਆਪਾਂ ਕਾਮਨ ਬ੍ਰੈਡ ਵੀਟ ਵੀ ਕਹਿ ਦਿੰਦੇ ਹਾਂ origin ਦੀ ਆਪਾਂ ਗੱਲ ਕਰੀਏ ਤਾਂ origin ਜਿਹੜਾ ਹੈ ਉਬੀਟ ਦਾ ਦੋਸਤੋ ਸਾਊਥ-ਵੈਸਟ ਏਸ਼ੀਆ ਤੇ ਯਾਨੀ ਕਿ ਤੁਰਕੀ ਦੇ ਵਿੱਚ ਹੋਇਆ ਹੈ ਫਲਾਵਰਿੰਗ ਪੋਰਸ਼ਨ ਜਿਹੜਾ ਵੀਟ ਦਾ ਉਸ ਨੂੰ ਆਪਾਂ ਸਪਾਈਕ ਕਹਿੰਦੇ ਨੇ ਸਿੱਟਾ ਜਿਹੜਾ ਸਿੱਟਾ ਤੁਸੀਂ ਕਣਕ ਦੇ ਵਿੱਚ ਦੇਖਿਆ ਹੋਗਾ ਉਸ ਨੂੰ ਆਪਾਂ ਜਿਹੜਾ ਫਲਾਵਰਿੰਗ ਪੋਰਸ਼ਨ ਉਸ ਨੂੰ ਆਪਾਂ ਸਪਾਈਕ ਕਹਿੰਦੇ ਹਾਂ ਮੈਕਰੋਨੀ ਵੀਟ ਜਿਹੜੀ ਹੈ ਉਸ ਨੂੰ ਜੋ ਦੋਸਤੋ ਟ੍ਰਿਟਿਕਮ ਡਿਉਰਮ ਕਹਿੰਦੇ ਨੇ ਆਮਰ ਵੀਟ ਨੂੰ ਆਪਾਂ ਟ੍ਰਿਟਿਕਮ ਡਾਈਕੋਕਮ ਕਹਿੰਦੇ ਹਾਂ ਅਸ ਤੋਂ ਗਿਆ ਦੋਸਤੋ ਸੂਟੇਬਲ ਜਿਹੜੀ ਲੋਟਸ ਜਿਹੜੀ ਜਿਸ ਨੂੰ ਆਪਾਂ ਦੇਰੀ ਜਿਹੜੀ ਹੈ ਦੇਰੀ ਨਾਲ ਵੀ ਬੀਜ ਸਕਦੇ ਆ ਉਸ ਜਿਹੜੀ ਵੈਰਾਈਟੀ ਕਿਆ ਜਾਂਦੀ ਕਕਣਕ ਦਾ ਜਿਹੜਾ ਕਿਹੜੀ ਕਿਹੜੀ ਵੈਰਾਈਟੀ ਕਿਸਮਾਂ ਨੇ ਉਹ ਦੋਸਤੋ ਲੋਕਵੰਨ ਰਾਜ 3765 ਤੇ ਸੁਨਾਲੀ ਕਾ ਜਿਹੜੀ ਵੈਰੈਟੀਜ਼ ਨੇ ਉਸ ਸਪੇਸਿੰਗ ਕਿੰਨੀ ਰੱਖੀ ਜਾਂਦੀ ਹੈ ਦੋਸਤੋ ਰੋ ਟੂ ਰੋ ਜਿਹੜੀ ਜਿਹੜੀ ਹੈ ਸਪੇਸਿੰਗ ਰੱਖੀ ਜਾਂਦੀ ਹੈ ਦੋਸਤੋ 22.5 ਸੈਂਟੀਮੀਟਰ ਰੱਖੀ ਜਾਂਦੀ ਹੈ ਉਸ ਤੋਂ ਅੱਗੇ ਗੱਲ ਕਰਦੇ ਹਾਂ ਕਿ ਕਿਹੜੀ ਕਿਹੜੀ ਜਿਹੜੀ ਸਟੇਜ ਹੈ ਇਸ ਜਿਸ ਤੋਂ ਬਣਾ ਹੈ crop ਨਹੀਂ ਰਹਿ ਸਕਦੀ ਜਿੱਥੇ ਇਸ ਨੂੰ ਐ ਪਾਣੀ ਚਾਹੀਦਾ ਹੀ ਚਾਹੀਦਾ ਹੈ ਇਹ ਦੋਸਤੋ CRH ਸਟੇਜ ਜਿੱਤੇ ਜਿਹੜੀ ਹੈ 21 ਦਿਨਾਂ ਬਾਅਦ ਜਿਹੜਾ ਹੈ ਆਪਾਂ ਇਸ ਨੂੰ ਯਾਨੀ ਕਿ ਬਿਜਾਈ ਕਰਨ ਤੋਂ 21 ਦਿਨ ਤੋਂ ਬਾਅਦ ਜਿਹੜਾ ਆਪਾਂ ਪਹਿਲਾ ਪਾਣੀ ਦਿੰਦੇ ਹਾਂ ਜਿਸ ਤੋਂ ਆਪਾਂ ਕੋਰਵੀ ਕਹਿ ਦਿੰਦੇ ਹਾਂ ਕਿਹੜਾ ਕਿਹੜਾ ਜਿਹੜਾ ਜੀ ਰਿਸਪੌਂਸੀਬਲ ਹੈ ਡਵਾਰਫਨੈਸ ਦੇ ਵੀਟ ਦੇ ਵਿੱਚ ਇਸ ਦੋਸਤੋਂ ਨੋਰਿੰਟਨ ਇਹ ਬਹੁਤ ਇੰਪੋਰਟੈਂਟ ਹੈ ਤੁਸੀ ਇਸ ਨੂੰ ਯਾਦ ਕਰ ਲੈਣਾ ਹੈ ਇੰਪੋਰਟੈਂਟ ਮੇ ਮੇਕਰੀ ਵੀਟ ਜਿਹੜਾ ਕਿ ਕਣਕ ਦੇ ਵਿੱਚ ਜਿਹੜੀ ਕਣਕ ਦੀ ਨਕਲ ਕਰਦਾ ਹੈ ਇਹ ਦੋਸਤੋਂ ਵੀਟ ਯਾਨੀ ਕਿ ਉਸ ਘਾਤਨਾ ਹੈ ਫਲੈਰਿਸ ਮਾਈਨਰ ਜਿਸ ਨੂੰ ਆਪਾਂ ਗੁੱਲੀ ਡੰਡਾ ਕਹਿ ਦਿੰਦੇ ਹਾਂ ਜਾਂ ਗਿੱਲੀ ਡੰਡਾ ਕਹਿ ਦਿੰਦੇ ਹਾਂ ਗੁੱਲੀ ਡੰਡਾ ਜਾਂ ਉਹਨੂੰ ਕਹਿੰਦੇ ਗੁੱਲੀ ਸਿੱਟਾ ਵੀ ਕਹਿ ਦਿੰਦੇ ਹਾਂ ਗੁਲਦੀ ਸਿੱਟਾ ਟੈਸਟ ਵੇਟ ਜਿਹੜਾ ਹੈ ਟੈਸਟ ਵੇਟ ਜਿਹੜਾ ਹੈ ਕਣਕ ਦਾ ਉਹ ਕਿੰਨਾ ਹੁੰਦਾ ਹੈ ਹਜ਼ਾਰ ਦਾਣੇ ਹਜ਼ਾਰ ਦਾਣਿਆਂ ਦੇ ਜਿਹੜਾ ਵજન ਦੋਸਤੋ 40 ਗ੍ਰਾਮ ਹੁੰਦਾ ਹੈ ट्रिपल जी ਜਿਹੜੀ ਡਵਰਫ ਵੈਰੈਟੀ ਆ ਵੀਟ ਦੇ ਵਿੱਚ ਉਹ ਦੋਸਤੋ ਯਾਨੀ ਕਿ ਕਿਸਮਾ ਹੀਰਾ ਮੋਤੀ ਤੇ ਅਰਜੁਨ ਜਿਹੜੀਆਂ ਵੈਰੈਟੀਆਂ ਨੇ ਉਸ ਤੋਂ ਬਾਅਦ ਸੈਂਟਰ ਜਿਹੜੀ ਜ਼ਿਗਜ਼ੈਗ ਤੁਸੀਂ ਕਣਕ ਦੇ ਵਿੱਚ ਤੁਸੀਂ ਜਦੋਂ ਸਿੱਟੇ ਨੂੰ ਮਤਲਬ ਛਿੱਲਦੇ ਹੋ ਹੱਥ ਨਾਲ ਤੇ ਇਹਦੇ ਵਿੱਚ ਐ ਇਸ ਤਰ੍ਹਾਂ ਦੀ ਜਿਹੜੀ ਹੈ ਸਟਰਕਚਰ ਨਿਕਲਦੀ ਹੈ ਇਸ ਨੂੰ ਆਪਾਂ ਆਪਾਂ ਰੈਚਿਸ ਕਹਿ ਦਿੰਦੇ ਹਾਂ ਉਸ ਤੋਂ ਅਗੇ ਫਰੂਟ ਟਾਈਪ ਜਿਹੜਾ ਵੀਟ ਦਾ ਜਿਹੜਾ ਫਰੂਟ ਟਾਈਪ ਹੈ ਯਾਨੀ ਕਿ ਜਿਹੜੀ ਉਹ ਸਿੱਟਾ ਹੁੰਦਾ ਉਸ ਨੂੰ ਆਪਾਂ ਕੈਰੀਓਪਸਿਸ ਕਹਿ ਦਿੰਦੇ ਹਾਂ ਅੱਗੇ ਹੈ ਦੋਸਤੋ ਜਿਹੜੀ ਫਰਸਟ ਮੈਨ ਮੈਂ ਜਿਹੜਾ ਜਿਹੜਾ ਮਨੁੱਖਤ ਜਿਹੜੀ ਹੈ ਸੀਰੀਜ਼ ਬਣਾਈ ਗਈ ਸੀ ਉਸ ਦਾ ਨਾਮ ਹੈ ਦੋਸਤੋ ਟ੍ਰਿਟੀਕਲ ਟ੍ਰਿਟੀਕਲ ਜਿਹੜੀ ਹੈ ਜਿਹੜੀ ਇੱਕ ਕਿਸਮ ਸੀ ਦੋਸਤੋ ਇਹ ਕਿਹਦਾ ਕਰੋਸ ਹੈ ਇਹ ਵੀਟ ਤੇ ਰਾਈ ਦਾ ਜਿਹੜਾ ਕਰੋਸ ਇਸ ਨਾਲ ਟ੍ਰਿਟੀਕਲ ਜਿਹੜੀ ਹੈ ਕਿਸਮ ਬਣਾਈ ਗਈ ਸੀ 1846 ਜਿਹੜੀ ਹੈ ਵੈਰਾਈਟੀ ਦੋਸਤੋ ਟ੍ਰਿਟੀਕਲ ਦੀ ਜਿਹੜੀ ਵੈਰਾਈਟੀ ਹੈ ਜੈਨਰਲ ਟੈਂਪਰੇਚਰ ਜਰਮੀਨੇਸ਼ਨ ਯਾਨੀ ਕਿ ਉੱਗਣ ਦੇ ਲਈ ਜਿਹੜਾ ਕਣਕ ਨੂੰ ਜਿਹੜਾ ਟੈਂਪਰੇਚਰ ਚਾਹੀਦਾ ਹੈ ਤਾਪਮਾਨੀ ਚਾਹੀਦਾ ਹੈ ਦੋਸਤੋ ਵੀ ਤੋਂ 25 ਡਿਗਰੀ ਸੈਲਸੀਅਸ ਚਾਹੀਦਾ ਹੈ ਪ੍ਰੋਟੀਨ ਕੰਟੈਂਟ ਜਾਨੀ ਕਿ ਪ੍ਰੋਟੀਨ ਦੀ ਮਾਤਰਾ ਜਿਹੜੀ ਹੈ 8 ਤੋਂ 11% ਪਾਈ ਜਾਂਦੀ ਹੈ ਕਣਕ ਦੇ ਵਿੱਚ ਜਿਹੜਾ ਵਰਲਡ ਸਟੈਪਲ ਫੂਡ ਜਿਹੜਾ grain ਉਸ ਨੂੰ ਆਪਾਂ ਕਣਕ ਕਹਿ ਦਿੰਦੇ ਹਾਂ ਕਿ ਕਣਕ ਤੋਂ ਬਿਨਾਂ ਜਿਹੜਾ ਹੈ ਆਪਾਂ ਜਿਉਂਦੇ ਨਹੀਂ ਰਹਿ ਸਕਦੇ ਕਿਉਂਕਿ ਕਣਕ ਕੀ ਹੈ ਜਿਹੜਾ ਸਭ ਤੋਂ ਵਧੀਆ ਤੇ ਸਸਤਾ ਜਿਹੜਾ ਸੋਰਸ ਹੈ ਉਸ ਤੋਂ ਕਿ ਮੋਸਟ ਪ੍ਰੈਜ਼ੈਂਟ ਇਨ ਇੰਡੀਅਨ ਵੀਟ ਵੈਰਾਈਟੀਆਂ ਕੰਟੇਨ ਜੀਨ ਯਾਨੀ ਕਿ ਆ ਇੰਡੀਅਨ ਵੀਟ ਦੇ ਵਿੱਚ ਇੰਡੀਅਨ ਵੀਟ ਦੇ ਵਿੱਚ ਜਿਹੜੀ ਹੈ ਉਹ ਕਿਹੜੇ ਕਿਹੜੇ ਜੀਨਸ ਜਿਹੜੇ ਇਨਸਰਟ ਕੀਤੇ ਗਏ ਨੇ ਉਹ ਦਾ ਨਾਮ ਹੈ ਦੋਸਤੋ ਆਰ ਐਚ ਟੀ 1 ਐਂਡ ਆਰ ਐਚ ਟੀ 2 ਉਸ ਤੋਂ ਕਿ ਦੋਸਤੋ ਜਿਹੜੀ ਵੀਟ ਦੀ ਜਿਹੜੀ ਪ੍ਰੋਟੀਨ ਹੈ ਉਹ ਕਿਸ ਦੇ ਜਿਹੜਾ ਗੁੱਡ ਸੋਰਸ ਹੈ ਗੁੱਡ ਕੁਆਲਟੀ ਬਰੈਡ ਜਿਸ ਤੋਂ ਆਪਾਂ ਬ੍ਰੈਡ ਕੁਆਲਟੀ ਜਾਂ ਚਪਾਤੀ ਜਿਸ ਤੋਂ ਬਣ ਸਕਦੀ ਉਸ ਤੋਂ ਪ੍ਰੋਟੀਨ ਦਾ ਨਾ ਹੈ ਦੋਸਤੋ ਗਲੂਟਨ ਉਸ ਤੋਂ ਅਗੇ ਦੋਸਤੋ ਜਿਹੜਾ ਸਟੋਰੇਜ ਜਿਹੜਾ ਮੋਇਸਚਰ ਕਣਕ ਦੀ ਵਾਢੀ ਕਰਨ ਤੋਂ ਬਾਅਦ ਜਦੋਂ ਆਪਾਂ ਉਸ ਨੂੰ ਸਟੋਰੇਜ ਕਰਦੇ ਹਾਂ ਜ ਖਾਣ ਦੇ ਲਈ ਆਪਾਂ ਸਾਲ ਪਰ ਰੱਖਦੇ ਹਾਂ ਉਦੋਂ ਤਾਂ ਮੋਇਸਚਰ ਜਿਹੜਾ ਹੈ ਉਹਦੇ ਵਿੱਚ ਨਮੀ ਦਾਣੇ ਦੇ ਵਿੱਚ ਜਿਹੜੀ ਨਮੀ ਹੈ 10 ਤੋਂ 12% ਹੋਣੀ ਚਾਹੀਦੀ ਹੈ ਟ੍ਰਿਟੀਕਮ ਮੈਕਸਟਮਮ ਜਿਹੜੀ ਹੈ ਇਹ ਪਹਿਲੀ ਵਾਰ ਇੰਟਰੋਡਿਊਸਡ ਇੰਡੀਆ ਦੇ ਵਿੱਚ ਕੀਤੀ ਗਈ ਸੀ ਇਹ ਦੋਸਤੋ ਡਾਕਟਰ ਐਨੀ ਬੋਰਲਿਕ ਨੇ ਨੰਨੀ ਬੋਰ ਲੌਗ ਨੇ ਜਿਹੜੇ ਹਨ ਇੰਟਰੋਡਿਊਸ ਕਰਵਾਈ ਸੀ ਉਸ ਤੋਂ ਕਿ ਮੌਇਸਚਰ ਕੰਟੈਂਟ ਜਦੋਂ ਹਾਰਵੈਸਟਿੰਗ ਜਦੋਂ ਆਪਾਂ ਕਣਕ ਦੀ ਵਾਢੀ ਕਰਦੇ ਆ ਉਦੋਂ ਜਿਹੜਾ ਹਾਰਵੈਸਟਿੰਗ ਨੰਮੀ ਉਹਦੇ ਵਿੱਚ ਕਣਕ ਦੇ ਵਿੱਚ 25% ਹੁੰਦੀ ਹੈ ਐਬਸੋਲਿਊਟ ਵੀਡ ਜਿਹੜਾ ਹੈ ਚੀਨੋਪੋਡੀਅਮ ਐਲਬਮ ਜਿਹੜਾ ਹੈ ਯਾਨੀ ਕਿ ਬਾਤੂ ਆਪਾਂ ਕਹਿੰਦੇ ਨੇ ਬਾਤੂ ਇਹ ਕਣਕ ਦੇ ਵਿੱਚ ਹੁੰਦਾ ਹੀ ਹੁੰਦਾ ਹੈ ਉਸ ਤੋਂ ਕਿ ਬਾਇਓ ਫਰਟੀਲਾਈਜ਼ਰ ਜਿਹੜੀ ਹੈ ਵੀਟ ਯਾਨੀ ਕਿ ਬਾਇਓ ਫਰਟੀਲਾਈਜ਼ਰ ਜਿਹੜੀ ਆਪਾਂ ਵਰਤਦੇ ਆ ਕਣਕ ਕਣਕ ਦੇ ਵਿੱਚ ਉਸ ਦਾ ਨਾਮ ਹੈ ਦੋਸਤੋ ਅਜ਼ੋਟੋ ਵੈਕਟਰ ਇੱਥੇ ਮੈਂ ਤੁਹਾਨੂੰ ਇੱਕ ਵਰਡ ਦੱਸਿਆ ਗਿੱਲੀ ਡੰਡਾ ਗਿੱਲੀ ਡੰਡਾ ਜਾਂ ਉਸ ਨੂੰ ਆਪਾਂ ਕਹਿੰਦੇ ਗਿੱਲੀ ਸਿੱਟਾ ਇਸ ਦਾ ਦੋਸਤੋ ਜਿਹੜਾ ਟੈਸਟ ਵੇਟ ਹੁੰਦਾ ਹੈ ਯਾਨੀ ਕਿ ਹਜ਼ਾਰ ਦਾਣਿਆਂ ਦੇ ਜਿਹੜਾ ਇਸ ਦਾ ਵਜ਼ਨ ਹੁੰਦਾ ਹੈ ਦੋਸਤੋ 2 ਗ੍ਰਾਮ ਹੁੰਦਾ ਹੈ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਬਹੁਤ ਵਾਰੀ ਕੁਐਸਚਨ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਨੈਕਸਟ ਗਰੁੱਪ ਆਪਾਂ ਕਰਦੇ ਹਾਂ ਬਰਲੇ ਬਰਲੇ ਜੋ ਤੁਸੀਂ ਸਾਰੇ ਨੇ ਦੇਖਿਆ ਹੋਊਗਾ ਆਸ-ਪਾਸ ਇਹ ਕਿਤੇ ਵਿਜਾਇਆ ਦੇਖਿਆ ਹੋਊਗਾ ਹੋਡੀਅਮ ਵਲਗਰੇ ਇਸ ਦਾ ਜਿਹੜਾ ਹੈ ਬੋਟੈਨੀਕਲ ਨੇਮ ਹੈ ਇਹ ਤੁਸੀਂ ਜੋ ਦੀ ਜਿਹੜੀ ਹੈ ਪਿਕਚਰ ਦੇਖ ਸਕਦੇ ਹੋ ਬਾਰਲੇ ਵਿੱਚ ਜਿਹੜਾ ਹੈ ਗ੍ਰੇਨਸ ਜਿਹੜਾ ਇਹ ਮਾਲਟ ਯਾਨੀ ਕਿ ਜਿੱਤੇ ਤੋਂ ਆਪਾਂ ਅਲਕੋਹਲ ਬਣਾ ਸਕਦੇ ਹਾਂ ਤੁਸੀਂ ਬੀਅਰ ਦਾ ਨਾਮ ਸੁਣਿਆ ਹੋਊਗਾ ਬੀਅਰ ਜਿਹੜੀ ਹੈ ਜੋਆਂ ਦੇ ਪਾਣੀ ਤੋਂ ਹੀ ਬਣਦੀ ਹੈ ਇਹ ਤੁਸੀਂ ਦੇਖਦੇ ਹੋ ਬੀਅਰ ਅਲਕੋਹਲ ਮਾਲਟ ਵਿਨੇਗਰ ਸਿਰਕਾ ਹੋ ਗਿਆ ਯੀਸਟ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਬੀਵਰੇਜਸ ਨੇ ਇਹ ਸਾਰੀਆਂ ਬਰਦੇ ਦੇ ਪਾਣੀ ਤੋਂ ਜਾਂ ਬਰਦੇ ਦੇ ਬੀਜਾਂ ਤੋਂ ਬਣਦੀਆਂ ਨੇ ਸੋਇੰਗ ਟਾਈਮ ਦੀ ਆਪਾਂ ਗੱਲ ਕਰਤੀ ਹੈ ਸੋਇੰਗ ਟਾਈਮ ਦੀ ਆਪਾਂ ਗੱਲ ਕਰੀ ਹੈ ਤਾਂ ਅਕਤੂਬਰ ਨਵੰਬਰ ਤੇ ਮਈ ਦੇ ਵਿੱਚ ਇਹ ਬੀਜੀ ਜਾਂਦੀ ਹੈ ਬੀਜ ਜਿਹੜਾ ਬੀਜ ਦੀ ਆਪਾਂ ਗੱਲ ਕਰੀਏ ਤਾਂ 35 ਤੋਂ ਲੈ ਕੇ 40 ਕਿਲੋਗ੍ਰam ਜਿਹੜਾ ਹੈ ਇੱਕ ਕਿੱਲੇ ਦੇ ਵਿੱਚ ਜਿਹੜਾ ਹੈ ਬੀਜ ਪੈਂਦਾ ਹੈ ਇਦ ਵਿੱਚ ਜਿਹੜਾ ਬਰਲੇ ਨਜਵਾਂ ਨੂੰ ਜਿਹੜਾ ਹੈ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਰਹੇ ਹੋ ਬਰਲੇ ਜਿਸ ਨੂੰ ਹੋਡੀਅਮ ਬਲਗਰੇ ਜਿਹੜੀ ਸਪੀਸੀਸ ਉਹਨੂੰ ਕਿਹਾ ਜਾਂਦਾ ਹੈ ਸਵਿੰਗ ਟਾਈਮ ਇਹਦਾ ਅਕਤੂਬਰ ਨਵੰਬਰ ਹੈ ਤੇ ਬਰਲੇ ਤੋਂ ਜਿਹੜਾ ਹੈ ਬਰਲੇ ਦੇ ਬੀਜਾਂ ਤੋਂ ਜਿਹੜਾ ਹੈ ਪਾਣੀ ਤੋਂ ਆਪਾਂ ਬੀਅਰ ਅਲਕੋਹਲ ਮਾਲਟ ਵਿਨੇਗਰ ਸਿਰਕੇ ਜਿਹੜੇ ਬਣਾਏ ਬਣਾਉਂਦੇ ਹਾਂ ਤੇ ਜਿਹੜਾ ਬਲਗਰੇ ਹੈ ਇਹਦਾ ਸੀਟ੍ਰੇਟ ਹੈ ਦੋਸਤੋ 35 ਤੋਂ ਚੜੇ ਕਿਲੋ ਜਿਹੜਾ ਹੈ ਇੱਕ ਕਿਲਲੇ ਦੇ ਵਿੱਚ ਸੀਡ ਰੇਟ ਪੈਂਦਾ ਹੈ ਉਸ ਤੋਂ ਅੱਗੇ ਦੋਸਤੋ ਬਲਗਿਰ ਤੇ ਰੈਗੂਲਰੇ ਇਹ ਜਿਹੜੀਆਂ ਬਰਲੀ ਦੀਆਂ ਦੋ ਵੈਰਾਈਟੀਆਂ ਨੇ ਇਸ ਪਿਕਚਰ ਦੇ ਤੁਸੀਂ ਵਿੱਚ ਦੇਖ ਰਹੇ ਹੋ ਕਿ ਇਹ ਜਿਹੜੀ ਹੈ ਸਿੱਟਾ ਹੈ ਇਹਦੇ ਵਿੱਚ ਇੱਕ ਸਾਈਡ ਦੇ ਉੱਤੇ ਜਿਹੜੇ ਇਸ ਤਰ੍ਹਾਂ ਦੀ ਜਿਹੜੇ ਬੀਜ ਲੱਗੇ ਹੁੰਦੇ ਨੇ ਇਹ ਟੂ ਰੋ ਬਰਲੀ ਹੁੰਦੇ ਨੇ ਤੇ ਜੇਕਰ ਚਾਰੇ ਪਾਸੇ ਜਿਹੜੇ ਹੈ ਬੀਜ ਲੱਗੇ ਹੋਣ ਉਸ ਤੋਂ ਆਪਾਂ 6 ਰੋ ਜਿਹੜੀ ਹੈ ਬਰਲੀ ਕਹਿ ਦਿੰਦੇ ਹਾਂ ਜਿਹੜੇ ਆਉਂਸ ਹੁੰਦੇ ਨੇ ਆਉਂਸ ਦੇ ਤੁਸੀਂ ਪਿਕਚਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਵਾਰਲ ਦਵਾਨਾਂ ਦੀ ਜਿਹੜੀ ਸਟਰਕਚਰ ਹੁੰਦੀ ਹੈ ਉਸ ਨੂੰ ਆਪਾਂ ਔਨਸ ਕਹਿ ਦਿੰਦੇ ਹਾਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਲੈਮਾ ਉਸ ਲੈਮਾ ਉਸ ਦੀ ਜਿਹੜੀ ਹੈ ਇਰੈਗੂਲਰ ਦੇ ਵਿੱਚ ਜਿਹੜੀ ਹੈ ਵੈਰਾਈਟੀ ਸੀ ਸਪੀਸੀਸ ਸੀ ਬਾਰਲ ਦੀ ਉਹਦੇ ਵਿੱਚ ਜਿਹੜੇ ਆ ਔਨਸ ਜਾਂ ਹੁੱਡਡ ਨਹੀਂ ਹੁੰਦੇ ਜਿਹੜੇ ਕਿ ਸਿੱਟ ਦੇ ਉੱਤੇ ਜਿਹੜੇ ਉਹ ਥ੍ਰੈਡ ਵਾਲਾ ਸਟਰਕਚਰ ਹੁੰਦੀ ਹੈ ਉਸ ਨੂੰ ਆਪਾਂ ਔਨਸ ਕਹਿਆ ਸੀ ਤੇ ਇਹਦੇ ਵਿੱਚ ਜਿਹੜੀ ਹੈ ਲੈਮ ਜਿਹੜੇ ਆ ਇਰੇਗੂਲਰ ਦੇ ਵਿੱਚ ਜਿਹੜੇ ਆਉਂਸ ਬਹੁਤ ਹੀ ਘੱਟ ਹੁੰਦੇ ਨੇ ਉਸ ਤੋਂ ਦਰ ਡਿਸਟ੍ਰਿਕਟ ਆਉਂਸ ਡਿਸਟ੍ਰਿਕਟ ਆਉਂਸ ਜਿਹੜੀ ਵੈਰਾਈਟੀ A2 ਰੋਡ ਪਰਦੇ ਹੈ ਵੈਰਾਈਟੀ ਵੈਰਾਈਟ ਜਿਹੜੇ ਰਤਨਾ ਜੋਤੀ R6 ਰਾਜਕਰਨ RD 2 RD 2052 RD 2552 आरडी 2035 ਇਹ ਸਾਰੀਆਂ ਜਿਹੜੀਆਂ ਵੈਰਾਈਟੀਆਂ ਨੇ ਇਹ ਵੈਰਾਈਟੀ ਬਹੁਤ ਇੰਪੋਰਟੈਂਟ ਹੈ ਹਸਕਲੈਸ ਵੈਰਾਈਟੀ ਜਿਹਦੇ ਉੱਤੇ ਛਿਲਕਾ ਬਹੁਤ ਹੀ ਘੱਟ ਨਾ ਮਾਤਰ ਜਿਹੜਾ ਹੁੰਦਾ ਹੈ ਉਹ ਜਿਹੜੀ ਕਿਸਮ ਹੈ ਦੋਸਤੋ ਡੋਲਮਾ ਜਿਹੜੀ ਹੈ ਵੈਰਾਈਟੀ ਇਹ ਬਾਰ ਲਈਦੀ ਹੈ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਗਰਾਮ ਗਰਾਮ ਯਾਨੀ ਕਿ ਛੋਲਿਆਂ ਬਾਰੇ ਤੁਸੀਂ ਪਿਕਚਰ ਦੇ ਵਿੱਚ ਤੁਸੀਂ ਜਿਹੜੇ ਗਰਾਮ ਤੁਸੀਂ ਦੇਖ ਰਹੇ ਹੋ ਤੁਸੀਂ ਇਹ ਪੱਤੇ ਜਿਹੜੇ ਆ ਕਦੇ ਖਾ ਕੇ ਦੇਖੇ ਹੋਏ ਹੋਣੇ ਇਹ ਕਈ ਵਾਰੀ ਖੱਟੇ ਹੁੰਦੇ ਇਹ ਕਿਸ ਦੀ ਕਮੀ ਤੇ ਕਿਸ ਦੀ ਕਰਨ ਹੁੰਦੇ ਦੋਸਤੋ ਇਹ ਆਪਾਂ ਗੱਲ ਕਰਦੇ ਹਾਂ ਇਹ ਜਿਹੜਾ ਬੋਟੈਨੀਕਲ ਨੇਮ ਹੈ ਸਿਸਰੇ ਰੇਟੇ ਨਾਮ ਇਸ ਦਾ ਬੋਟੈਨੀਕਲ ਨੇਮ ਹੈ ਛੋਲਿਆਂ ਦੀ ਜਿਹੜੀ ਹੈ ਬਿਜਾਈ ਦੋਸਤੋ ਇਹ 10 ਅਕਤੂਬਰ ਤੋਂ ਲੈ ਕੇ 25 ਨਵੰਬਰ ਤੱਕ ਕੀਤੀ ਜਾਂਦੀ ਹੈ ਇਹ ਦੋਸਤੋ ਇਹ ਜਿਹੜੇ ਨੇ ਆ ਇੱਕ ਕਾਬੂਲੀ ਛੋਲੇ ਨੇ ਕਬੂਲੀ ਛੋਲਿਆਂ ਦੀ ਜਿਹੜੀ ਹੈ ਸੋਇਂਗਤੀ ਜਾਂਦੀ ਹੈ ਇਹ ਦੋਸਤੋ ਦੇਸੀ ਛੋਲਿਆਂ ਦੀ ਜਿਹੜੀ ਹੈ ਸੋਇਂਗਤੀ ਜਾਂਦੀ ਹੈ ਸੀਡ ਰੇਟ ਇਹਨਾਂ ਤੋਂ ਦੋਨਾਂ ਦਾ ਜਿਹੜਾ ਹੈ 15 ਤੋਂ 18 ਕਿਲੋਗ੍ਰam ਤੇ 35 ਤੋਂ 40 ਕਿਲੋਗ੍ਰam ਜਿਹੜਾ ਹੈ ਪੀਚ ਪੈਂਦਾ ਹੈ ਗ੍ਰਾਮ ਦੇ ਵਿੱਚ ਜਿਹੜਾ ਹੈ ਕੈਲਸ਼ੀਅਮ ਸਭ ਤੋਂ ਜ਼ਿਆਦਾ ਆਇਰਨ ਸਭ ਤੋਂ ਜ਼ਿਆਦਾ ਤੇ ਨਾਈਸਿਨ ਕੰਟੈਂਟ ਵੀ ਸਭ ਤੋਂ ਜ਼ਿਆਦਾ ਹੁੰਦਾ ਹੈ ਦੇਸੀ ਗ੍ਰਾਮ ਜਾਂ ਉਸ ਨੂੰ ਆਪਾਂ ਬ੍ਰਾਊਨ ਗ੍ਰਾਮ ਕਹਿ ਦਿੰਦੇ ਹਾਂ ਸਿਸਰੇਰੀਟਮ ਜਿਹੜੇ ਕਾਲੇ ਛੋਲੇ ਹੁੰਦੇ ਨੇ ਉਸਨੋਂ ਆਪਾ ਸੀਸਰ ਐਰੀਏਟਿਨਮ ਕਹਿ ਦਿੰਦੇ ਹਾਂ ਇਹਦਾ ਬੋਟੈਨੀਕਲ ਨੇਮ ਹੈ ਬਰਾਊਨ ਜਾਂ ਕਲੇ ਛੋਲੇ ਅੰਦਰ ਬੋਟੈਨੀਕਲ ਨੇਮ ਸੀਸਰ ਐਰੀਏਟਿਨਮ ਜਿਹੜਾ ਟੈਸਟ weight ਹੁੰਦਾ ਹੈ ਕਲੇ ਛੋਲਿਆਂ ਦਾ 100 40 ਤੋਂ ਲੈ ਕੇ 200 ਗ੍ਰਾਮ ਜਿਹੜਾ ਹੁੰਦਾ ਹੈ ਕਾਬਲੀ ਛੋਲੇ ਜਿਹੜੇ ਚਿੱਟੇ ਛੋਲੇ ਹੁੰਦੇ ਨੇ ਉਹਨਾਂ ਨੂੰ ਆਪਾਂ ਸਿਸਰ ਕਬੁਲੀਅਮ ਕਹਿ ਦਿੰਦੇ ਆ ਤੇ ਇਹਨਾਂ ਦਾ ਜਿਹੜਾ ਟੈਸਟ weight ਹੈ ਇਹ 340 ਤੋਂ ਲੈ ਕੇ 375 ਗ੍ਰਾਮ ਹੁੰਦਾ ਹੈ ਅਵਰੋਦੀ ਇੱਕ ਬਹੁਤ ਇੰਪੋਰਟੈਂਟ ਵੈਰੈਟੀ ਹੈ ਜੀ ਬਿਲਟ ਰੈਜ਼ਿਸਟੈਂਟ ਜਿਹੜੀ ਹੈ ਜਿਹੜੀ ਜਿਹੜੀ ਵੈਰੈਟੀ ਜਿਹੜੀ ਹੈ ਜੇਕਰ ਉਸ ਨੂੰ ਪਾਣੀ ਨਾ ਵੀ ਮਿਲੇ ਤਾਂ ਇਹ ਮਰ ਜਾਂਦੀ ਨਹੀਂ ਮਰਜਾਉਂਦੀ ਨਹੀਂ ਯਾਨੀ ਕਿ ਸੁੱਕਦੀ ਨਹੀਂ ਇਸ ਵੈਰੈਟੀ ਦਾ ਨਾਮ ਹੈ ਅਵਰੋਧੀ ਉਸ ਤੋਂ ਗੇਪੂਸਾ 256 ਬੀਜੀ 256 ਹੈ ਜਿਹੜੀਆਂ ਨੇ ਇਹ ਰੇਨਫੋਰਡ ਕੰਡੀਸ਼ਨ ਯਾਨੀ ਕਿ بارش ਦੇ ਉੱਤੇ ਡਿਪੈਂਡ ਰਹਿੰਦੀ ਹੈ ਉਸ ਤੋਂ ਕਿ ਕਾਬੂਲੀ ਕਾਬੂਲੀ ਦੇ ਵਿੱਚ ਸੀ 104 ਐਂਡ ਕੇ ਜਿਹੜੀਆਂ 4 ਇਹ ਵੈਰੈਟੀਜ਼ ਇਹਦੇ ਵਿੱਚ ਕਾਬੂਲੀ ਦੇ ਵਿੱਚ ਨੇ ਉਸ ਤੋਂ ਕੀ ਹੈ ਦੋਸਤੋ ਕ੍ਰਿਟੀਕਲ ਸਟੇਜਿਸ ਜਿਹੜੀਆਂ ਪਾ ਜਿਸ ਨੂੰ ਜਿਸ ਜਿਹੜੀ ਸਟੇਜ ਦੇ ਉੱਤੇ ਆ ਕੇ ਇਸ ਨੂੰ ਪਾਣੀ ਚਾਹੀਦਾ ਹੀ ਚਾਹਤਾ ਹੈ ਇਹ ਜਿਹੜੀਆਂ ਸਟੇਜਿਸ ਨੇ ਪ੍ਰੀ ਫਲਾਵਰਿੰਗ ਜਾਂ ਕਿ ਫਲਾਵਰਿੰਗ ਬਣਨ ਤੋਂ ਫਲਾਵਰਸ ਬਣਨ ਤੋਂ ਫੁੱਲ ਬਣਨ ਤੋਂ ਪਹਿਲਾਂ ਇਹ ਤੇ ਪੋਰ ਡਵੈਲਪਮੈਂਟ ਜਦੋਂ ਉਹਦੇ ਵਿੱਚ ਜਿਹੜਾ ਹੈ ਪੋਰ ਜਿਹੜੇ ਲੱਗ ਜਾਂਦੇ ਨੇ ਉਸ ਤੋਂ ਜਿਹੜਾ ਹੈ ਉਸ ਸਟੇਜ ਦੇ ਉੱਤੇ ਜਿਹੜਾ ਹੈ ਇਸ ਨੂੰ ਪਾਣੀ ਲੱਗਣਾ ਜ਼ਰੂਰੀ ਹੈ ਇਹ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਰਹੇ ਹੋ ਇਸ ਨੂੰ ਆਪਾਂ ਪੋਰ ਕਹਿ ਦਿੰਦੇ ਹਾਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਰੂਟ ਸਿਸਟਮ ਹੈ ਇਹਦੇ ਵਿੱਚ ਟੈਪ ਰੂਟ ਸਿਸਟਮ ਹੁੰਦਾ ਹੈ ਇੱਕ ਟੈਪ ਰੂਟ ਸਿਸਟਮ ਹੁੰਦਾ ਹੈ ਇੱਕ ਐਡਵਾਂਟੇਜੀਅਸ ਜਿਹੜੀਆਂ ਰੂਟਸ ਹੁੰਦੀਆਂ ਨੇ ਟੈਪ ਰੂਟ ਦੋਸਤੋ ਇਹ ਜਿਹੜੀਆਂ ਸਿੱਧੀਆਂ ਰੂਟ ਜਿਹੜੀਆਂ ਰੂਟਸ ਹੁੰਦੀਆਂ ਨੇ ਉਸ ਨੂੰ ਕਹਿੰਦੇ ਨੇ ਤੇ ਐਡਵਾਂਟੇਜੀਅਸ ਰੂਟਸ ਜਾਂ ਫਾਈਬਰਸ ਰੂਟਸ ਇਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਜੜ੍ਹਾਂ ਕਹਿੰਦੀਆਂ ਹੁੰਦੀਆਂ ਨੇ ਤੇ ਇਹਦੇ ਵਿੱਚ ਜਿਹੜਾ ਜਾਲ ਬਣਿਆ ਹੁੰਦਾ ਉਸ ਨੂੰ ਫਾਈਬਰਸ ਰੂਟਸ ਜਿਹੜਾ ਆਪਾਂ ਕਹਿ ਦਿੰਦੇ ਹਾਂ ਜਿਹੜਾ ਹੈ ਲੀਫ ਯਾਨੀ ਕਿ ਪੱਤੇ ਜਿਹੜੇ ਛੋਲਿਆਂ ਦੇ ਹੁੰਦੇ ਨੇ ਉਹ ਘਟਾ ਪਰ ਉਸ ਦੇ ਵਿੱਚ ਕਿਸ ਤੇ ਕਾਰਨ ਦਾ ਦੋਸਤੋ ਐ ਐਮ ਐਲ ਇ ਕਿਤੇ ਉਸ অক্সালিক ਐਸਿਡ ਦੇ ਉਸ ਦੇ ਵਿੱਚ ਪਾਇਆ ਜਾਂਦਾ ਹੈ ਇਸ ਤੇ ਕਾਰਨ ਜਿਹੜਾ ਖੱਟਾਪਨ ਹੁੰਦਾ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਬੈਸਟ ਵੈਰਾਈਟੀ ਜਿਹੜੀ ਐ ਛੋਲਿਆਂ ਦੀ ਉਹ ਕਿਹੜੀ-ਕਿਹੜੀ ਸੀ ਜਿਹੜੀ ਜਿੱਥੇ ਬਿਨਾ ਪਾਣੀ ਤੋਂ ਜਿਹੜੀ ਆ ਉਹ ਵੀ ਉੱਗ ਸਕਦੀ ਹੈ ਯਾਨੀ ਕਿ ਜਿਹੜੀ ਐ ਸਿਰਫ ਬਾਰਿਸ਼ ਤੇ ਜਿਹੜੀ ਐ ਡਿਪੈਂਡ ਰਹਿ ਸਕਦੀ ਹੈ ਉਸ ਦਾ ਨਾਮ ਹੈ ਸੀ 235 ਸੋਇੰਗ ਟਾਈਮ ਤੇ ਗੱਲ ਕਰੀਏ ਛੋਲਿਆਂ ਦੇ ਵਿੱਚ ਤਾਂ ਜਿਹੜਾ ਹੈ 15 ਤੋਂ 15 ਅਕਤੂਬਰ ਤੋਂ ਲੈ ਕੇ 20 ਅਕਤੂਬਰ ਜਿਹੜੀ ਹੈ ਇਹਦਾ ਬਿਜਾਈ ਦਾ ਜਿਹੜਾ ਸਮਾਂ ਹੈ ਗ੍ਰਾਮ ਦੇ ਜਿਹੜਾ ਫਰੂਟ ਹੈ ਯਾਨੀ ਕਿ ਛੋਲਿਆਂ ਦੇ ਜਿਹੜਾ ਫਰੂਟ ਹੈ ਉਸ ਨੂੰ ਆਪਾਂ ਪੋੜ ਕਹਿੰਦੇ ਆ ਇਹ ਜਿਹੜਾ ਫਰੂਟਸ ਹੈ ਇਸ ਤਰ੍ਹਾਂ ਦੇ ਜਿਹੜਾ ਹੁੰਦਾ ਹੈ ਜਿਸ ਦੇ ਵਿੱਚ ਜਿਹੜਾ ਬੀਜ ਨਿਕਲਦਾ ਹੈ ਉਸ ਨੂੰ ਆਪਾਂ ਪੋੜ ਕਹਿੰਦੇ ਆ ਪ੍ਰੋਟੀਨ ਕੰਟੈਂਟ ਛੋਲਿਆਂ ਦੇ ਵਿੱਚ ਜਿਹੜਾ ਹੈ 21% ਹੁੰਦਾ ਹੈ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਆ ਨੈਕਸਟ ਕ੍ਰੋਪ ਜਿਹੜੀ ਹੈ ਮਸਟਰਡ ਮਸਟਰਡ ਦੇ ਤੁਸੀਂ ਸਰ੍ਹੋਂ ਬਾਰੇ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਸਰ੍ਹੋਂ ਜਿਹੜੀ ਫਸਲ ਹੈ ਉਹ ਸਾਰਿਆਂ ਨੇ ਦੇਖੀ ਹੋਗੀ ਉਸ ਦਾ ਨਾ ਬ੍ਰੈਸੀਕਾ ਸਪੀਸ਼ੀਸ ਇਹ ਤੁਸੀਂ ਸਰੋਂ ਦੀਆਂ ਫਲੀਆਂ ਦੇਖ ਸਕਦੇ ਹੋ ਤੇ ਇਹ ਤੁਸੀਂ ਸਰੋਂ ਦੀ ਜਿਹੜੀ ਹੈ ਫਲਾਵਰਿੰਗ ਉੱਤੇ ਜਿਹੜੀ ਸਰੋਂ ਦੀ ਫਸਲ ਦੇਖ ਦੇਖ ਸਕਦੇ ਹੋ ਜਿਹੜੀ ਇਹਦੇ ਫਲੀਆਂ ਨੇ ਇਸ ਨੂੰ ਆਪਾਂ ਦੋਸਤੋ ਸਿਲਿਕਾ ਕਹਿ ਦਿੰਦੇ ਹਾਂ ਸਿਲਿਕਾ ਅੱਗੇ ਆਪਾਂ ਗੱਲ ਕਰਦੇ ਹਾਂ ਇਸੇ ਟੌਪਿਕ ਤੇ ਜਿਹੜੀ ਇਹ ਮਸਟਰਡ ਦੇ ਵਿੱਚ ਜਿਹੜਾ ਇਹ ਕੋਡ ਆਪਨ ਹੁੰਦਾ ਹੈ ਜਿਸ ਦੇ ਕਾਰਨ ਅੱਖਾਂ ਜਿਹੜੀਆਂ ਜਲਦੀਆਂ ਨੇ ਪੰਜੰਸੀ ਜਿਹੜੀ ਮਸਟਰਡ ਦੇ ਯਾਨੀ ਕਿ ਸਰੋਂ ਦੇ ਵਿੱਚ ਜਿਹੜੀ ਹੈ ਆਇਸੋਥਾਇਓਸਾਈਨਿਟ੍ਰਿਕ ਆਉਂਦੀ ਹੈ ਸੋ ਇਹ ਟਾਈਮ ਦੀ ਗੱਲ ਕਰਦੀ ਹੈ ਅਕਤੂਬਰ ਨਵੰਬਰ ਦੇ ਵਿੱਚ ਜਿਹੜੀ ਇਹ ਦੀ ਸੋਇੰਗ ਕੀਤੀ ਜਾਂਦੀ ਹੈ ਵੈਰੈਟੀ ਦੀ ਜੇ ਆਪਾਂ ਗੱਲ ਕਰੀਏ ਤਾਂ ਰੇਪ ਸੀਡ ਤੇ ਮਸਟਰਡ ਜਿਹੜੀ ਦੋ ਵੈਰੈਟਿਸ ਨੇ ਇਹਦੇ ਵਿੱਚ ਬਰਾਊਂਸਰਸੋਂ ਤੇ ਬਰਾਊਂਸਰਸੋਂ ਦੇ ਵਿੱਚ ਜਿਹੜੀ ਹੈ ਪੂਸਾ ਕਲਿਆਣੀ ਤੇ ਇਹਨਾਂ ਦੋ ਸਰਸੋਂ ਦੇ ਵਿੱਚ ਬਿਨਵੇ ਜਿਹੜੀਆਂ ਵੈਰਾਈਟੀਆਂ ਨੇ ਉਸ ਤੋਂ ਮਸਟਰਡ ਜਿਹੜੇ ਕੈਨੇਡੀਅਨ ਜਿਹੜੀ ਮਸਟਰਡ ਹੈ ਉਸ ਦਾ ਨਾਮ ਬਰੇਸੀਕਾ ਜਨੇਸ਼ੀਆ ਤੇ ਜਿਹੜੇ ਕ੍ਰਾਂਤੀ ਵਰੁਨਾ T59 ਰੋਹਾਨੀ ਪੂਸਾ ਬੋਲਡ ਇਹ ਸਾਰੀਆਂ ਜਿਹੜੀਆਂ ਵੈਰਾਈਟੀਆਂ ਇਹ ਮਸਟਰਡ ਦੀਆਂ ਵੈਰਾਈਟੀਆਂ ਨੇ ਉਸ ਤੋਂ ਗਏ ਜਿਹੜੇ ਨਿਊ ਜਿਹੜੀਆਂ ਹੁਣੇ-ਹੁਣੇ ਜਿਹੜੀਆਂ ਰਿਲੀਜ਼ ਹੋਈਆਂ ਨੇ ਵੈਰਾਈਟੀਆਂ ਯਾਨੀ ਕਿ ਕਿਸਮਾਂ ਉਸ ਦਾ ਨਾਮ ਹੈ ਲక్ష్ਮੀ ਵਸੁੰਦਰਾ ਆਸ਼ੀਰਵਾਦ ਬਸੰਤੀਪ ਪੁਸਾ ਜਾਏ ਕਿਸਾਨ ਐਨ ਆਰ ਸੀ 11 ਬੀ 506 ਪੁਸਾ ਜਾਏ ਕਿਸਾਨ ਸਾਰੀ ਐਨ ਐਨ ਆਰ ਸੀ ਐਚ ਬੀ 506 ਐਨ ਆਰ ਸੀ ਐਚ ਬੀ 120 ਸਾਰੀਆਂ ਜਿਹੜੀਆਂ ਵੈਰਾਈਟੀਆਂ ਨੇ ਉਹ ਮਸਟਰਡ ਦੀਆਂ ਕਿਸਮਾਂ ਨੇ ਉਸ ਤੋਂ ਅੱਗੇ ਫੋਲਡਰ ਕ੍ਰੌਪ ਦੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਚਾਰੇ ਵਾਲੇ ਫਸਲਾਂ ਉਹ ਸਾਰੀਆਂ ਬਰਸੀਮ ਨੇ ਸਭ ਤੋਂ ਪਹਿਲਾਂ ਆਪਾਂ ਬਰਸੀਮ ਦੇ ਗੱਲ ਕਰਦੇ ਹਾਂ ਟਰਾਈਫੋਲੀਅਮ ਅਲੈਗਜ਼ੈਂਟਰੀਨਮ ਇਹ ਤੇ ਜਿਹੜਾ ਹੈ ਸਾਇੰਟਿਫਿਕ ਨੇਮ ਆ ਬੋਟਨੀਕਲ ਨੇਮ ਹੈ ਇਹ ਤੁਸੀਂ ਬਰਸੀਮ ਦੀ ਜਿਹੜੀ ਹੈ crop ਦੇਖ ਸਕਦੇ ਹੋ ਇਹਦੀ ਸੀਟ੍ਰੇਟ ਦੀ ਆਪਾਂ ਗੱਲ ਕਰੀਏ ਤੇ 8 ਤੋਂ 10 ਕਿਲੋ ਜਿਹੜਾ ਹੈ ਏਸੀਡਰੇਟ ਪੈਂਦਾ ਹੈ ਜੇ ਆਪਾਂ ਬਿਜਾਈ ਦੀ ਜਿਹੜਾ ਸਮਾਂ ਦੇਖੀਏ ਤਾਂ ਸਤੰਬਰ ਦਾ ਜਿਹੜਾ ਮਹੀਨਾ ਹੈ ਉਹ ਅਖੀਰ ਤੋਂ ਲੈ ਕੇ ਤੇ ਅਕਤੂਬਰ ਦੇ ਮਹੀਨੇ ਤੱਕ ਆਪਾਂ ਇਸ ਨੂੰ ਬਿਜਾਈ ਕਰ ਕਰ ਸਕਦੇ ਹਾਂ ਵ varietà ਦੀ ਆਪਾਂ ਗੱਲ ਕਰੀਏ ਤਾਂ BL42 BL1 ਤੇ BL ਜਿਹੜਾ ਹੈ ਇੱਥੇ 2 ਸੀ ਹੈ BL2 BL11 ਜਿਹੜੀ ਵੈਰੈਟੀਆਂ ਨੇ ਇਹ 440 ਕੁਇੰਟਲ ਜਿਹੜਾ ਹੈ ਹਰਾਚਾਰਾ ਦਿੰਦੀ ਹੈ 1 ਏਕੜ ਦੇ ਵਿੱਚੋਂ ਇਹ 410 ਜਿਹੜਾ ਕੁਇੰਟਲ ਹਰਾਚਾਰਾ ਦਿੰਦੀ ਹੈ 1 ਏਕੜ ਦੇ ਵਿੱਚੋਂ ਤੇ ਇਹ 380 ਜਿਹੜਾ ਹੈ ਕੁਇੰਟਲ ਜਿਹੜਾ ਹੈ ਹਰਾਚਾਰਾ ਦਿੰਦੀ ਹੈ ਇੱਕ ਏਕੜ ਦੇ ਵਿੱਚੋਂ ਅੱਗੇ ਆਪਾਂ ਗੱਲ ਕਰਦੇ ਹਾਂ ਪੋਟੈਟੋ ਆਲੂ ਆਲੂਆਂ ਦੇ ਬਾਰੇ ਤੁਸੀਂ ਆਲੂ ਦੀ ਜਿਹੜੀ ਐ ਕ੍ਰੋਪ ਦੇਖੀ ਹੋਣੀ ਆਲੂ ਤੁਸੀਂ ਜਿਹੜੇ ਦੇਖੇ ਹੋਏ ਹੋਣਗੇ ਇਸ ਦਾ ਜਿਹੜਾ ਬੋਟੈਨिकल ਨੇਮ ਅਸਲ ਦੇ ਨਾਮ ਟਿਊਬਰੋਸਨ ਜਿਹੜਾ ਹੈ ਬੋਟੈਨिकल ਨੇਮ ਹੈ ਇਸ ਨੂੰ ਆਪਾਂ ਕਿੰਗੂ ਵੈਜੀਟੇਬਲ ਯਾਨੀ ਕਿ ਸਬਜ਼ੀ ਦਾ ਸਬਜ਼ੀਆਂ ਦਾ ਜਿਹੜਾ ਰਾਜਾ ਇਸ ਨੂੰ ਆਪਾਂ ਆਲੂ ਨੂੰ ਕਹਿੰਦੇ ਆ ਜਿਹੜਾ ਇਹਦੇ ਵਿੱਚ ਜਿਹੜਾ ਹੈ ਫੈਰੀਨਾ ਵਿਟਾਮਿਨ ਬੀ 1 ਜਿਹੜਾ ਹੈ ਬਹੁਤ ਜ਼ਿਆਦਾ ਹੁੰਦਾ ਹੈ ਇਹ ਦਾ origin ਦੀ ਆਪਾਂ ਗੱਲ ਕਰੀਏ ਤੇ ਇਹ ਜਿਹੜਾ ਸਾਊਥ ਅਮਰੀਕਾ ਦੇ ਵਿੱਚ ਜਿਹੜਾ ਹੈ ਪੈਰੂ ਦੇ ਵਿੱਚ ਜਿਹੜਾ ਹੈ ਇਹਦਾ origin ਹੋਇਆ ਹੈ ਵੈਰਾਈਟੀ ਦੇ ਵਿੱਚ ਆਪਾਂ ਗੱਲ ਕਰੀਏ ਤਾਂ अर्ली मैच्योरिटी ਵੈਰਾਈਟੀ ਦੇ ਵਿੱਚ ਜਿਹੜੀਆਂ ਕਿ ਪਹਿਲਾਂ ਪੱਕ ਜਾਂਦੀਆਂ ਨੇ ਜਾਂ ਕਿ ਜਿਨ੍ਹਾਂ ਦੇ ਜਿਹੜੇ ਆ ਆਲੂ ਪਹਿਲਾਂ ਬਣ ਜਾਂਦੇ ਨੇ ਉਹ ਵੈਰਾਈਟੀਆਂ ਕਿਹੜੀਆਂ ਕਿਹੜੀਆਂ ਨੇ ਆਪਾਂ ਉਹ ਦੇਖਦੇ ਹਾਂ ਇਹ ਵੈਰਾਈਟੀਆਂ ਦੋਸਤੋ ਕੁਫਰੀ ਚੰਦਰਮੁਖੀ ਕੁਫਰੀ ਅਸ਼ੋਕਾ ਕੁਫਰੀ ਅਲੰਕਾਰ ਕੁਫਰੀ ਲੇਵਕਰ ਕੁਫਰੀ ਨਵਤਲ ਇਹ ਸਾਰੀਆਂ ਜਿਹੜੀ ਵੈਰਾਈਟੀਆਂ ਨੇ अर्ली मैच्योरिटी ਵੈਰਾਈਟੀਆਂ ਨੇ ਉਸ ਤੋਂ ਬਾਅਦ ਮੀਡੀਅਮ ਡਿਊਰੇਸ਼ਨ ਜਿੰਨਾਂ ਨੂੰ ਨਾ ਜ਼ਿਆਦਾ ਜਿਹੜੀਆਂ ਨਾ ਜ਼ਿਆਦਾ ਜਲਦੀ ਪੱਕਦੀਆਂ ਨੇ ਨਾ ਹੀ ਜ਼ਿਆਦਾ ਲੇਟ ਇਹ ਵੈਰੈਟੀਜ਼ ਨੇ ਕੁਫਰੀ ਸ਼ੀਤਮਨ ਕੁਫਰੀ ਚਮਤਕਾਰ ਕੁਫਰੀ ਬਾਦਸ਼ਾ ਲੇਟ ਮੈਚਿਓਰਿਟੀ ਵੈਰੈਟੀਜ਼ ਨੇ ਕੁਫਰੀ ਦੇਵਾ ਕੁਫਰੀ ਸਿੰਦੂਰੀ ਤੇ ਜਿਹੜੇ ਸੂਟੇਬਲ ਪ੍ਰੋਸੈਸਿੰਗ ਜੀ ਦੇ ਵਿੱਚੋਂ ਆਪਾਂ ਚਿਪਸ ਵਗੈਰਾ ਖਾਂਦੇ ਹਾਂ ਜਿਹੜੀ ਵੈਰੈਟੀਜ਼ ਨੇ ਜਿਨ੍ਹਾਂ ਤੋਂ ਚਿਪਸ ਬਣਦੀਆਂ ਨੇ ਉਹ ਵੈਰੈਟੀਜ਼ ਨੇ ਕੁਫਰੀ ਚਿਪਸ ਨਵਨ ਕੁਫਰੀ ਚਿਪਸ ਸੋਨਾ 2 ਤੁਸੀਂ ਇਹਨਾਂ ਨੂੰ ਜਿਹੜਾ ਹੈ ਯਾਦ ਕਰ ਲੈਣਾ ਹੈ ਉਸ ਤੇ ਆਪਾਂ ਗੱਲ ਕਰਦੇ ਹਾਂ ਸੋਇੰਗ ਜਿਹੜੀ ਹੈ ਉਹ ਕਿੰਨਾ ਸੀਡ ਰੇਟ ਚਾਹੀਦਾ ਹੈ 25 ਗ੍ਰਾਮ ਜਿਹੜੇ ਕਟਪੀ ਜਿਹੜੇ ਕਟ ਪੀਸ ਯਾਨੀ ਕਾਦੂਨ ਜਿਹੜਾ ਕੰਟ ਘੱਟ ਕੇ ਜਿਹੜਾ ਆਪਾਂ ਲਾ ਸਕਦੇ ਹਾਂ ਜਿੱਥੇ ਆੱਕ ਬਣੀ ਹੋਵੇ ਉਸ ਜਿਹੜਾ ਹਿੱਸਾ ਉੱਪਰ ਕਰਕੇ ਆਪਾਂ ਇਹਨਾਂ ਦੀ ਸੋਇੰਗ ਕਰਦੇ ਹਾਂ 15 ਤੋਂ 20 ਕੁਇੰਟਲ ਜਿਹੜਾ ਹੈ ਜਿਹੜਾ ਬੀਜ ਉਸ ਨੂੰ ਚਾਹੀਦਾ ਹੈ ਉਸ ਤੋਂ ਗੈਸ ਸੋਇੰਗ ਟਾਈਮ ਸਾਂਗ ਟਾਈਮ ਇੱਕ ਇਹ 25 ਸਤੰਬਰ ਤੋਂ ਲੈ ਕੇ 10 ਸਤੰਬਰ ਦੇ ਵਿੱਚ ਜਿਹੜੇ ਵਿਚਾਰੇ ਬੀਜੀ ਜਾਂਦੀ ਹੈ ਉਸ ਤੋਂ ਕਿ ਸਪੇਸਿੰਗ ਦੀ ਗੱਲ ਕਰੀਏ 60 20 ਜਿਹੜਾ ਸੈਂਟੀਮੀਟਰ ਦੀ ਸਪੇਸਿੰਗ ਰੱਖੀ ਜਾਂਦੀ ਹੈ ਸਟੋਲਨ ਫਾਰਮੇਸ਼ਨ ਜਿਹੜੀ ਹੈ ਇਹ 20 ਤੋਂ ਪੀਡੀਪ ਯਾਨੀ ਕਿ ਜਦੋਂ ਉਹਦੀ ਸਟੋਲਨ ਸਟੋਲਨ ਬਣ ਲੱਗ ਜਾਣਾ ਆਲੂ ਤੇ ਉਹ 20 ਤੋਂ 25 ਜਿਹੜੀ ਹੈ ਕਿਲੋ ਡੀਏਪ ਤੇ ਟਿਊਬਰੇ ਲੌਂਗੇਸ਼ਨ ਦੇ ਵਿੱਚ 50 ਤੋਂ 80 ਕਿਲੋ ਡੀਏਪ ਜਿਹੜੀ ਹੈ ਇਹ ਵਰਤੀ ਜਾਂਦੀ ਹੈ ਬਲੈਕ ਹਾਰਟ ਡਿਜ਼ੀਜ਼ ਇਹ ਆਕਸੀਜਨ ਦੀ ਕਮੀ ਦੇ ਕਾਰਨ ਆਉਂਦਾ ਹੈ ਜਿਹੜੇ ਆਲੂਆਂ ਦੇ ਵਿੱਚ ਜਿਹੜੀ ਹੈ ਤੁਸੀਂ ਕੱਟ ਕੇ ਦੇਖਦੇ ਹੋ ਕਿ ਆਲੂ ਜਿਹੜਾ ਹੈ ਗੇਵਰੀ ਵਿੱਚੋਂ ਕਾਲਾ ਨਿਕਲਦਾ ਹੈ ਇਸ ਤੋਂ ਦੋਸਤੋਂ ਬਲੈਕ ਆਕਸੀਜਨ ਦੀ ਜਿਹੜੀ ਹੈ ਕਮੀ ਦੇ ਕਾਰਨ ਆਉਂਦੀ ਹੈ ਰੋਲ ਹਾਰਟ ਜਿਹੜੀ ਹੈ ਡਿਜ਼ੀਜ਼ ਰੋਲੋ ਹਾਰਟ ਜਿਹੜੀ ਡਿਜ਼ੀਜ਼ ਹੈ ਨਾਈਟ੍ਰੋਜਨ ਦੀ ਡੈਫੀਸ਼ੀਅਨਸੀ ਜਾਂ ਐਕਸੈਸ ਦੇ ਵਿੱਚ ਜੇ ਆਪਾਂ ਨਾਈਟ੍ਰੋਜਨ ਆਪਾਂ ਵਰਤ ਲਈਏ ਤਾਂ ਇਹ ਰੋਲ ਹਾਰਟ ਜਿਹੜੀ ਹੈ ਡਿਜ਼ੀਜ਼ ਆ ਜਾਂਦੀ ਹੈ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਚਿਲਿੰਗ ਇੰਜਰੀ ਜਿਹੜਾ ਕਿਸ ਤੇ ਜੇਕਰ ਆਪਾਂ ਇਸ ਨੂੰ ਆਲੂਆਂ ਨੂੰ ਜਿਹੜਾ ਹੈ ਕੱਟ ਟੈਂਪਰੇਚਰ ਤੇ ਰੱਖਾਂਗੇ ਯਾਨੀ ਕਿ 0 ਡਿਗਰੀ ਸੈਲਸੀਅਸ ਤੇ ਆਪਾਂ ਕੋਲਡ ਸਟੋਰੇਜ ਦੇ ਵਿੱਚ ਆਪਾਂ ਆਲੂ ਰੱਖਾਂਗੇ ਤਾਂ ਉਹਦੇ ਵਿੱਚ ਚਿਲਿੰਗ ਇੰਜਰੀ ਜਿਹੜੀ ਹੈ ਡਿਸੀਜ਼ ਆ ਜਾਊਗੀ ਇਸ ਕਰਕੇ ਆਪਾਂ ਨੂੰ ਜਿਹੜਾ ਆਲੂ ਜਦ ਟਾਈਮ ਤੱਕ ਜਿਹੜਾ ਹੈ ਕੱਟ ਟੈਂਪਰੇਚਰ ਦੇ ਵਿੱਚ ਨਹੀਂ ਰੱਖਣੀ ਚਾਹੀਦੀ ਉਸ ਤੋਂ ਬਾਅਦ ਡੋਰਮੈਂਸੀ ਬ੍ਰੇਕਰ ਯਾਨੀ ਕਿ ਡੋਰਮੈਂਸੀ ਨੂੰ ਬ੍ਰੇਕ ਕਰਨ ਵਾਸਤੇ ਆਪਾਂ 1% ਜਿਹੜਾ ਥਾਇਓਯੂਰੀਆ ਦਾ ਸੋਲੂਸ਼ਨ ਲੈ ਕੇ ਉਸ ਨੂੰ ਜੀਏ3 ਯਾਨੀ ਕਿ ਜਿਬਰੈਲਿਕ ਐਸਿਡ ਦੇ ਵਿੱਚ 10 ਮਿੰਟ ਆਪਾਂ ਡਿਪ ਕਰ ਦਈਏ ਤਾਂ ਇਹਦੀ ਡੋਰਮੈਂਸੀ ਜਿਹੜੀ ਆਪਾਂ ਬ੍ਰੇਕ ਕਰ ਸਕਦੇ ਹਾਂ ਵਟ ਡਿਜ਼ੀਜ਼ ਆਫ ਪੋਟੈਟੋ ਇਹ ਫੰਗਸ ਤੇ ਕਰਨਾ ਉਦੀ ਹੈ ਉਸ ਫੰਗਸ ਦਾ ਨਾਮ ਹੈ ਸੈਂਕ੍ਰਿਟੀਨਮ ਐਂਡੋਬਾਇਓਟਿਕ ਕਮ ਵਰਟ ਡਿਜ਼ੀਜ਼ ਮਤੋਂ ਇੱਕ ਪਿਕਚਰ ਦੇ ਵਿੱਚ ਦਿਖਾ ਦੇਣਾ ਇਹ ਦੋਸਤੋ ਜਿਹੜੀ ਹੈ ਵਰਟ ਡਿਜ਼ੀਜ਼ ਪੋਟੈਟੋ ਦੇ ਵਿੱਚ ਆਉਂਦੀ ਹੈ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਹੈ ਡਿਜ਼ੀਜ਼ ਦੇਖੀ ਹੋਣੀ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕਿਹੜੀ ਕਿਹੜੀ ਕ੍ਰਿਟੀਕਲ ਸਟੇਜਸ ਨੇ ਜਿੱਥੇ ਇਹ ਕ੍ਰੋਪਸ ਨੂੰ ਪਾਣੀ ਚਾਹੀਦਾ ਹੈ ਚਾਹੀਦਾ ਉਸ ਤੋਂ ਬਿਨਾ ਜਿਹੜੀ ਹੈ ਕ੍ਰੋਪਸ ਨਹੀਂ ਗਰੋ ਕਰ ਸਕਦੀ ਸਭ ਤੋਂ ਪਹਿਲੀ ਹੈ ਜੀ ਰਾਈਸ ਰਾਈਸ ਨੂੰ ਪੈਨਿਕਲ ਇਨੀਸ਼ੀਏਸ਼ਨ ਯਾਨੀ ਕਿ ਜਿੱਥੋਂ ਜਿਹੜੇ ਹੈ ਉਹ ਫਲਾਵਰਸ ਯਾਨੀ ਕਿ ਜਿਹੜੇ ਬੁੱਟੇ ਆ ਜਿਹੜਾ ਸੀਟਾ ਬਣਨਾ ਸ਼ੁਰੂ ਹੁੰਦਾ ਹੈ ਉਸ ਸਟੇਜ ਦੇ ਉੱਤੇ ਜਿਹੜਾ ਹੈ ਪਾਣੀ ਚਾਹੀਦਾ ਹੈ ਤੇ ਫਲਾਵਰਿੰਗ ਜਦੋਂ ਫੁੱਲ ਜਿਹੜੇ ਨਿਕਲਦੇ ਨੇ ਉਸ ਜਿਹੜੀ ਸਟੇਜ ਦੇ ਉੱਤੇ ਜਿਹੜਾ ਚੋਂ ਦੇ ਨੂੰ ਜਿਹੜਾ ਪਾਣੀ ਚਾਹੀਦਾ ਚਾਹੀਦਾ ਹੈ ਉਸ ਤੋਂ ਅੱਗੇ ਵੀਟ ਵੀਟ ਨੂੰ ਸਭ ਤੋਂ ਜਿਹੜੀ ਹੈ ਕ੍ਰਿਟੀਕਲ ਸਟੇਜ ਸੀਆਰਆਈ ਮੰਨੀ ਜਾਂਦੀ ਹੈ ਕਰਾਉਨ ਰੂਟ ਇਨੀਸ਼ੀਏਸ਼ਨ ਇੱਕ ਕਿਤਨਾ ਬਾਅਦ ਜਿਹੜੀ ਹੈ ਇਸ ਨੂੰ ਆਪਾਂ ਕੋਰ ਕਹਿ ਦਿੰਦੇ ਹਾਂ 21 ਦਿਨਾਂ ਬਾਅਦ ਜਿਹੜਾ ਹੈ ਪਾਣੀ ਲਾਇਆ ਜਾਂਦਾ ਹੈ ਉਸ ਤੋਂ ਬਾਅਦ ਜੋਇੰਟਿੰਗ ਸਟੇਜ ਆਉਂਦੀ ਹੈ ਉਸ ਤੋਂ ਬਾਅਦ ਮਿਲਕਿੰਗ ਸਟੇਜ ਆਉਂਦੀ ਹੈ ਇਹਨਾਂ ਜਿਹੜੇ ਸਟੇਜਾਂ ਦੇ ਉੱਤੇ ਜਿਹੜਾ ਹੈ ਮਿਲਕਿੰਗ ਸਟੇਜ ਨੂੰ ਆਪਾਂ ਦੁੱਧੀ ਸਟੇਜ ਵੀ ਕਹਿ ਦਿੰਨੇ ਆ ਦੁੱਧੀ ਸਟੇਜ ਹਨਾ ਇਹ ਜਿਹੜੀ ਸਟੇਜਿਸ ਨੇ ਇਹ ਤਿੰਨਾਂ ਨੂੰ ਪਾਣੀ ਚਾਹੀਦਾ ਹੀ ਚਾਹੀਦਾ ਹੁੰਦਾ ਹੈ ਉਸ ਤੋਂ ਅਗੇ ਮੇਜ਼ ਮੇਜ਼ ਯਾਨੀ ਕਿ ਮੱਕੀ ਮੱਕੀ ਦੇ ਵਿੱਚ ਟੈਸਲਿੰਗ ਤੇ ਸਿਲਕਿੰਗ ਇਹ ਜਿਹੜੀ ਦੋ ਸਟੇਜਿਸ ਨੇ ਇਹਨਾਂ ਤੇ ਇਹਨਾਂ ਨੂੰ ਪਾਣੀ ਚਾਹੀਦਾ ਹੀ ਚਾਹੀਦਾ ਹੁੰਦਾ ਹੈ ਉਸ ਤੱਕ ਇਹ ਕੋਟਨ ਕੋਟਨ ਦੇ ਵਿੱਚ ਫਲਾਵਰਿੰਗ ਜਦੋਂ ਜਦੋਂ ਫੁੱਲ ਬਣਦੇ ਨੇ ਜਾਂ ਜਦੋਂ ਤੋਂ ਬੋਲ ਫਾਰਮੇਸ਼ਨ ਦੀ ਜਦੋਂ ਕਿ ਜਦੋਂ ਤਾਂ ਟਿੰਡੇ ਬਣਨੇ ਸਟਾਰਟ ਹੁੰਦੇ ਨੇ ਉੱਥੇ ਉਹਨਾਂ ਨੂੰ ਕੋਟਨ ਨੂੰ ਜਿਹੜੀ ਹੈ ਪਾਣੀ ਚਾਹੀਦਾ ਹੈ ਉਸ ਤੋਂ ਬਾਅਦ ਗਰਾਮ ਛੋਲਿਆਂ ਦੇ ਵਿੱਚ ਜਿਹੜੀ ਹੈ ਪ੍ਰੀ ਫਲਾਰਿੰਗ ਫਲਾਵਰ ਆਉਣ ਦੀ ਜਾਂ ਕਿ ਫੁੱਲ ਆਉਣ ਤੋਂ ਪਹਿਲਾਂ ਤੇ ਜਦੋਂ ਪੋਰ ਡਿਵੈਲਪਮੈਂਟ ਹੁੰਦੀ ਹੈ ਯਾਨੀ ਕਿ ਜਦੋਂ ਉਹ ਪੋਰਸ ਬਣਨੇ ਯਾਨੀ ਕਿ ਫਲੀਆਂ ਬਣਨ ਜਦੋਂ ਸਟਾਰਟ ਹੁੰਦੀਆਂ ਨੇ ਉਦੋਂ ਇਸ ਨੂੰ ਜਿਹੜਾ ਹੈ ਪਾਣੀ ਚਾਹੀਦਾ ਹੈ ਗਰਾਊਂਡ ਨਟ ਮੋਂਗਫਲੀ ਦੇ ਵਿੱਚ ਜਿਹੜਾ ਫਲਾਵਰਿੰਗ ਫਲਾਵਰਿੰਗ ਫੁੱਲ ਆਉਣ ਤੇ ਤੇ ਪੈਕਿੰਗ ਸਟੇਜ ਜਿਹੜੀ ਤੁਹਾਨੂੰ ਮੈਂ ਪਿਕਚਰ ਦੇ ਵਿੱਚ ਦਿਖਾਈ ਸੀ ਕਿ ਉਸ ਜਿਹੜੀ ਸਟੇਜ ਦੇ ਉੱਤੇ ਜਿਹੜੀ ਹੈ ਆ ਪਾਣੀ ਚਾਹੀਦਾ ਹੁੰਦਾ ਹੈ ਤੇ ਨਾਲੇ ਜਦੋਂ ਪੋਰਡ ਫਿਲ ਯਾਨੀ ਕਿ ਜਦੋਂ ਪੋਰਡ ਦੇ ਵਿੱਚ ਜਿਹੜਾ ਦਾਣਾ ਬਣਨਾ ਸਟਾਰਟ ਹੁੰਦਾ ਹੈ ਉਹ ਸਟੇਜ ਦੇ ਉੱਤੇ ਜਿਹੜਾ ਹੈ ਪਾਣੀ ਚਾਹੀਦਾ ਹੁੰਦਾ ਹੈ ਉਸ ਤੋਂ ਆਪੀ ਜਨ ਪੀ ਪੀ ਜਨ ਪੀ ਅਰਹਰ ਜਿਹੜੀ ਹੈ ਅਰਹਰ crop ਨੂੰ ਜਿਹੜਾ ਹੈ ਫਲਾਵਰਿੰਗ ਇਨੀਸ਼ੀਏਸ਼ਨ ਯਾਨਕਿ ਜਦੋਂ ਫੁੱਲ ਜਿਹੜੇ ਸਟਾਰਟ ਹੁੰਦੇ ਨੇ ਉਸ ਟਾਈਮ ਤੇ ਤੇ ਜਦੋਂ ਪੋਡ ਫਾਰਮੇਸ਼ਨ ਯਾਨਕਿ ਜਦੋਂ ਫਲੀਆਂ ਬਣਦੀਆਂ ਨੇ ਉਹ ਸਟੇਜ ਦੇ ਉੱਤੇ ਜਿਹੜਾ ਹੈ ਅਰਹਰ ਨੂੰ ਪਾਣੀ ਚਾਹੀਦਾ ਹੁੰਦਾ ਹੈ ਉਸ ਤੋਂ ਅੱਗੇ ਹੈ ਦੋਸਤੋ ਸਨਫਲਾవర్ ਸੂਰਜਮੁਖੀ ਨੂੰ ਜਿਹੜਾ ਹੈ ਫਲਾਵਰਿੰਗ ਇਨੀਸ਼ੀਏਸ਼ਨ ਤੇ ਜਿਹੜਾ ਹੈ ਪਾਣੀ ਚਾਹੀਦਾ ਹੁੰਦਾ ਹੈ ਮਸਟਰਡ ਸਰੋਂ ਨੂੰ ਜਿਹੜਾ ਫਲਾਵਰਿੰਗ ਜਾਂਦੀ ਕਿ ਉਹ ਫੁੱਲ ਪੈਣ ਤੇ ਉਸ ਤੋਂ ਬਾਅਦ ਪੌਡ ਜਿਹੜੇ ਫਾਰਮੇਸ਼ਨ ਦੇ ਜਾਂ ਕਿ ਫਲੀਆਂ ਬਣਦੀਆਂ ਨੇ ਉਸ ਸਟੇਜ ਤੇ ਉੱਤੇ ਜਿਹੜਾ ਹੈ ਮਸਟਰਡ ਨੂੰ ਪਾਣੀ ਚਾਹੀਦਾ ਹੈ ਉਸ ਤੋਂ ਬਾਅਦ ਜਿਹੜਾ ਕਿਹੜੀ ਕਿਹੜੀਆਂ ਟਰਮਸ ਨੇ ਰਿਲੇਟਡ ਕ੍ਰੋਪਸ ਦੇ ਉੱਤੇ ਕਰਿੰਗ ਕਰਿੰਗ ਜਿਹੜੀ ਹੈ ਤਬਾਕੂ ਦੇ ਨਾਲ ਰਿਲੇਟਡ ਹੈ ਟੀ ਦੇ ਨਾਲ ਰਿਲੇਟਡ ਹੈ ਉਸ ਦਾ ਸਟ੍ਰਿਪਿੰਗ ਸਟ੍ਰਿਪਿੰਗ ਜਿਹੜੀ ਹੈ ਜੂਟ ਦੇ ਨਾਲ ਰਿਲੇਟਡ ਹੈ ਪਟਸਨ ਦੇ ਨਾਲ ਜਿਹੜੀਆਂ ਜਿੰਨਾਂ ਤੋਂ ਬੋਰੀਆਂ ਬਣਦੀਆਂ ਨੇ ਪਟਸਨ ਪਟਸਨ ਦੇ ਨਾਲ ਜੋ ਜਿਹੜੀ ਹੈ ਰਿਲੇਟਡ ਹੈ ਉਸ ਤੋਂ ਅਗੇ ਨਿਪਿੰਗ ਨਿਪਿੰਗ ਗ੍ਰਾਮ ਤੇ ਕੋਟਨ ਦੇ ਵਿੱਚ ਕੀਤੀ ਜਾਂਦੀ ਹੈ ਨਿਪਿੰਗ ਅ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਸਮਝ ਲਓ ਕਿ ਕੋਟਨ ਦੇ ਵਿੱਚ ਜਿਹੜਾ ਉਹਨੂੰ ਆਪਾਂ ਜਿਵੇਂ ਬੱਕਰੀਆਂ ਆ ਜਾਂ ਪੇੜਾਂ ਨੂੰ ਜਿਹੜਾ ਬਲਾਕੀ ਉਹਨਾਂ ਜਿਹੜੇ ਹੈ ਉਤੋਂ ਉਹਨਾਂ ਨੂੰ ਖਵਾ ਦਿੰਦੇ ਆ ਤਾਂ ਜੋ ਜਿਹੜੀ ਹੈ ਉਹ ਨਾੜ ਜਿਹੜਾ ਸਿੱਧਾ ਨਾ ਵੱਧ ਕੇ ਜਿਹੜੀ ਹੈ ਲੇਟਰ ਜਿਹੜੀ ਹੈ ਗ੍ਰੋਥ ਉਹ ਸਟਾਰਟ ਹੋ ਸਕੀ ਇਸ ਨੂੰ ਆਪਾਂ ਨਿਪਕੰਤ ਨਹੀਂ ਆ ਉਸ ਤੋਂ ਬਾਅਦ ਰੈਪਿੰਗ ਰੈਪਿੰਗ ਜਿਹੜੀ ਹੈ ਸ਼ੂਗਰ ਕੈਂਡ ਦੇ ਵਿੱਚ ਕੀਤੀ ਜਾਂਦੀ ਹੈ ਤੇ ਪ੍ਰੋਪਿੰਗ ਅਪ ਜਿਹੜੀ ਹੈ ਬਨਾਣਾ ਦੇ ਵਿੱਚ ਜਿਹਨੂੰ ਬੰਨਿਆ ਜਾਂਦਾ ਉਸ ਨੂੰ ਪ੍ਰੋਪਿੰਗ ਅਪ ਕਹਿੰਦੇ ਹਾਂ ਤੇ ਟਰੈਸ਼ਿੰਗ ਟਰੈਸ਼ਿੰਗ ਯਾਨੀ ਕਿ ਸ਼ੂਗਰ ਕੈਂਡ ਦੇ ਵਿੱਚ ਕੀਤੀ ਜਾਂਦੀ ਤੁਸੀਂ ਜਿਹੜੇ ਬਲੈਕ ਕਲਰ ਦੇ ਜਿਹੜੇ ਵਰਡ ਕੀਤੇ ਹੋਏ ਨੇ ਤੁਸੀਂ ਇਹਨਾਂ ਨੂੰ ਸਿਰਫ ਯਾਦ ਕਰਨਾ ਹੈ ਬਾਕੀ ਨੂੰ ਸਿਰਫ ਇੱਕ ਵਾਰੀ ਨਜ਼ਰ ਤੇ ਨਹੀਂ ਹੈ ਇਸ ਤੋਂ ਬਾਅਦ ਜਿਹੜੇ ਫੈਮਲੀਆਂ ਤੋਂ ਵੀ ਜਿਹੜੇ ਕੁਐਸਚਨ ਕਈ ਵਾਰੀ ਪੁੱਛ ਜਾਂਦੇ ਨੇ ਐਗਰੀਕਲਚਰ ਚੋਂ ਇਹ ਤੁਸਾਂ ਆਪਾਂ ਦੇਖ ਲੈਨੇ ਆ ਪਹਿਲੀ ਹੈ ਜੀ ਗ੍ਰਾਮਿਨੀ ਗ੍ਰਾਮਿਨੀ ਆ ਕਿ ਪੋਇਸੀਆ ਪੋਇਸੀਆ ਫੈਮਲੀ ਸਰੀਜ਼ ਜਿੰਨੇ ਵੀ ਆਪਾਂ ਨਾਲ ਜਿਹੜੀਆਂ ਫੈਮਲੀਆਂ ਆਈਆਂ ਯਾਨੀ ਪੀਅਰ ਗ੍ਰਾਸ ਯਾਨੀ ਕਿ ਫੋਡਰ ਚਾਰੀ ਵਾਲੀਆਂ ਜਿਹੜੀਆਂ ਫਸਲਾਂ ਆਈਆਂ ਉਸ ਨੂੰ ਆਪਾਂ ਗ੍ਰਾਮਿਨੀ ਫੈਮਲੀ ਦੇ ਵਿੱਚ ਰੱਖਦੇ ਹਾਂ ਉਸ ਤੋਂ ਅਲੱਗ ਹੀਮਨਸ ਲੈਗਿਉਮਨਸ ਯਾਨੀ ਕਿ ਫਰੀਦਰ ਜਿਹੜੀਆਂ ਸਬਜ਼ੀਆਂ ਨੇ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਆਪਾਂ ਪੈਪਲੀਓਨੇਸੀ ਯਾਨੀ ਕਿ ਲੱਗੇ ਹੁੰਦੇ ਨੇ ਸਨ ਹੋਰ ਪੈਪਲੀਓਨੇਸੀ ਵੀ ਆਪਾਂ ਕਹਿੰਦੇ ਆ ਇਹਦੇ ਵਿੱਚ ਪਲਸੀ ਦੀਆਂ ਦਾਲਾਂ ਗਰਾਊਂਡਨਟ ਮੂੰਗਫਲੀ ਸਨਹੈਂਪ ਸਣ ਵਗੈਰਾ ਸਣ ਜਿਹੜੀ ਫਸਲ ਹੈ ਉਹ ਜਿਹੜੀਆਂ ਇਹਦੇ ਵਿੱਚ ਲੱਗੇ ਹੁੰਦੇ ਸਕ੍ਰੋਪ ਦੇ ਵਿੱਚ ਆ ਜਾਂਦੀਆਂ ਨੇ ਅਫਸਲੋਨੇਸ਼ੀਅਸ ਕ੍ਰੋਪ ਸੋਲਨੇਸ਼ੀਅਸ ਕ੍ਰੋਪ ਦੇ ਵਿੱਚ ਬਰੀਂਜਲ ਟਮੈਟੋ ਪੋਟੈਟੋ ਚੀਲੀਸ ਤਬਾਕੂ ਇਹ ਸਾਰੀ ਜਿਹੜੀ ਕ੍ਰੋਪਸ ਆ ਜਾਂਦੀਆਂ ਨੇ ਉਸ ਤੋਂ ਅੱਗੇ ਹੈ ਜੀ ਕ੍ਰੁਸੀਫੇਰ ਫੈਮਿਲੀ ਯਾ ਕ੍ਰੁਸੀਫੇਰ ਨੂੰ ਆਪਾਂ ਬਰੇਸੀਕਾ ਵੀ ਬੋਲਦੇ ਨੇ ਆ ਬਰੇਸਕਾ ਸਪੀਸੀਜ਼ ਦੇ ਵਿੱਚ ਆਪਾਂ ਮਸਟਰਡ ਮਸਟਰਡ ਰੈਡਿਸ਼ ਮੂਲੀ ਹੋ ਗਿਆ ਕੈਬੇਜ ਬੰਦ ਗੋਭੀ ਹੋ ਗਈ ਕੋਲੀਫਲਾਵਰ ਫੁੱਲ ਗੋਭੀ ਇਹ ਸਾਰੀ ਜਿਹੜੀਆਂ ਕ੍ਰੋਪਸ ਦੇ ਵਿੱਚ ਰੱਖਦੇ ਹਾਂ ਉਸ ਤੋਂ ਅੱਗੇ ਦੋਸਤੋ ਕੁੱਕਰ ਬਟੇਸ਼ੀ ਫੈਮਿਲੀ ਦੇ ਵਿੱਚ ਆਪਾਂ ਜਿਹੜੇ ਜਿੰਨੇ ਵੀ ਗਾਰਡਸ ਨੇ ਬੋਟਲ ਗਾਰਡ ਹੋ ਗਿਆ ਹੈਨਾ ਇਹ ਸਾਰੇ ਜਿਹੜੇ ਹੈ ਇਸ ਦੇ ਵਿੱਚ ਰੱਖਦੇ ਹਾਂ ਕੋਕੰਬਰ ਜਿਹੜੀਆਂ ਖੀਰੇ ਵਾਲੀਆਂ ਫਸਲਾਂ ਨੇ ਹੈਨਾ ਪੰਪਕਿਨ ਹੋ ਗਿਆ ਪੇਠਾ ਕੱਦੂ ਪੇਟਾ ਕਾ ਦੋ ਸਾਰੀਆਂ ਜਿਹੜੀਆਂ ਫਸਲਾਂ ਨੇ ਆਪਾਂ ਕੁੱਕਰ ਪਟੇਸ਼ ਜਿਹੜੀ ਫੈਮਲੀ ਦੇ ਵਿੱਚ ਰੱਖਦੇ ਆ ਉਸ ਤੋਂ ਅੱਗੇ ਦੋਸਤੋ ਮਲਵੇਸ਼ੀ ਫੈਮਲੀ ਮਲਵੇਸ਼ੀ ਫੈਮਲੀ ਦੇ ਵਿੱਚ ਆਪਾਂ ਕੋਟਨ ਤੇ ਪਿੰਡੀ ਇਹ ਸਿਰਫ ਦੋ ਹੀ ਜਿਹੜੀਆਂ ਕ੍ਰੋਪਸ ਆਉਂਦੀਆਂ ਨੇ ਉਸ ਤੋਂ ਅੱਗੇ ਦੋਸਤੋ ਐਸਟ੍ਰੇਸ ਦੀ ਫੈਮਲੀ ਐਸਟ੍ਰੇਸ ਦੀ ਫੈਮਲੀ ਜਿਹੜੀ ਹੈ ਸਨਫਲਾవర్ ਸੂਰਜਮੁਖੀ ਸੈਫ ਫਲਾਵਰ ਕਸੂਮਬੜਾ ਨਾਈజర్ ਐਜਰਿਸ ਸਾਰੇ ਐਗਜ਼ਾਮਪਲ ਜਿਹੜੀਆਂ ਤਿੰਨ ਐਗਜ਼ਾਮਪਲ ਨੇ ਸਟ੍ਰੇਸ ਫੈਮਲੀ ਦੇ ਵਿੱਚ ਆਉਂਦੀਆਂ ਨੇ ਉਸ ਤੋਂ ਅੱਗੇ ਦੋਸਤੋ ਚਿੰਨੂਪੜਾਸ਼ੀ ਫੈਮਲੀ ਚਿੰਨੂਪੜਾਸ਼ੀ ਫੈਮਲੀ ਦੇ ਵਿੱਚ ਸਪੀਨਚ ਪਾਲਕ ਹੋ ਗਿਆ ਬੀਟਰੂਟ ਹੋ ਗਿਆ ਚਕੁੰਦਰ ਜਿਸ ਨੂੰ ਬੋ ਕਹਿੰਦੇ ਨੇ 슈ਗਰ ਬੀਟ ਸ਼ਕਰਗੰਦੀ ਸ਼ਕਰਗੰਦੀ ਹੋਗੀ ਇਸ ਸਾਰੀਆਂ ਜਿਹੜੀ ਕ੍ਰੋਪਸ ਨੇ ਇਹ ਚੀਨੋਪੇਡੇਸ਼ੀਅ ਫੈਮਲੀ ਦੇ ਵਿੱਚ ਆਉਂਦੀਆਂ ਨੇ ਉਸ ਤੋਂ ਅੱਗੇ ਆ ਦੋਸਤੋ ਯੂਫੋਰਬੇਸ਼ੀਅ ਫੈਮਲੀ ਯੂਫੋਰਬੇਸ਼ੀਅ ਫੈਮਲੀ ਦੇ ਵਿੱਚ ਕੈਸਟਰ ਹੋ ਗਿਆ ਟੋਪਿਕ ਹੋ ਗਿਆ ਇਹ ਸਾਰੀਆਂ ਇਸ ਕ੍ਰੋਪ ਦੇ ਵਿੱਚ ਆਉਂਦੀਆਂ ਨੇ ਉਸ ਤੋਂ ਅੱਗੇ ਦੋਸਤੋ ਕੌਰਨਵਲੇਸ਼ੀਆ ਫੈਮਲੀ ਇਹਦੇ ਵਿੱਚ ਜਿਹੜਾ সুইਟ ਪੋਟੈਟੋ ਯਾਨੀ ਕਿ ਸਵੀਟ ਪੋਟੈਟੋ ਇਸ ਦੇ ਵਿੱਚ ਜਿਹੜਾ ਹੈ ਆਉਂਦਾ ਹੈ ਉਸ ਤੋਂ ਅੱਗੇ ਦੋਸਤੋ ਅੰਬੈਲੀਫੇਰਾ ਫੈਮਿਲੀ ਅੰਬੈਲੀਫੇਰਾ ਫੈਮਿਲੀ ਜਿਹੜੇ ਵਿੱਚ ਕੋਰੀਐਂਡਰ ਕਯੂਮਨ ਕੈਰੇਟ ਜਿੱਦੇ ਪlant ਦੇ ਉੱਤੇ ਜਿਹੜਾ ਹੈ ਛੱਤਾ ਬਣਦਾ ਹੈ ਉਸ ਨੂੰ ਆਪਾਂ ਅੰਬੈਲੀ ਫਾਰਮ ਜਿਹੜਾ ਹੈ ਅੰਬਲੀਫੇਰਾ ਜਿਹੜੀ ਹੈ ਫੈਮਿਲੀ ਕਹਿੰਦੇ ਆ ਇਹਦੇ ਛੱਤੇ ਦੇ ਵਿੱਚ ਜਿੱਥੇ ਬੀਜ ਬਣਨੇ ਸਟਾਰਟ ਹੁੰਦੇ ਨੇ ਉਹਦੇ ਵਿੱਚ ਕੋਰੀਐਂਡਰ ਹੋ ਗਿਆ ਤਲੀਆਂ ਹੋ ਗਿਆ ਕਿਉ ਮੰਜੀਰਾ ਕੈਰਟ ਗਾਜਰ ਇਹ ਸਾਰੀਆਂ ਜਿਹੜੀਆਂ ਐਗਜ਼ਾਮਪਲ ਅੰਬਲੀਫੇਰਾ ਫੈਮਿਲੀ ਦੇ ਵਿੱਚ ਆਉਂਦੀ ਨੇ ਉਸ ਤੋਂ ਅੱਗੇ ਅਲੀਅਸੇਫ ਫੈਮਿਲੀ ਅਲੀਅਸੇਫ ਫੈਮਿਲੀ ਦੇ ਵਿੱਚ ਆਨੀਅਨ ਤੇ ਗਾਰਲਿਕ ਜਿਹੜੀ ਦੋ ਕਰਾ ਜਿਹੜੀਆਂ ਕ੍ਰੋਪਸ ਆਉਂਦੀਆਂ ਨੇ ਪਿਆਜ਼ ਤੇ ਜਿਹੜੇ ਲਸਣ ਉਸ ਤੋਂ ਜਿੰਗਰ ਬਿਨੈਸ਼ੀਆ ਫੈਮਿਲੀ ਦੇ ਵਿੱਚ ਜਿੰਗਰ ਆਉਂਦੀ ਹੈ ਟਰਮਰਿਕ ਇਹ ਸਾਰੀਆਂ ਜਿਹੜੀਆਂ ਐਗਜ਼ਾਮਪਲਸ ਆਉਂਦੀਆਂ ਤੁਸੀਂ ਜਿਹੜੇ ਜਿਹੜੇ ਮੈਂ ਪੁਆਇੰਟਸ ਜਿਹੜੇ ਆ ਹਾਈਲਾਈਟ ਕਰ ਤੈਨਾ ਤੁਸੀਂ ਇਹਨਾਂ ਨੂੰ ਜਿਹੜਾ ਹੈ ਅ ਜ਼ਿਆਦਾ ਧਿਆਨ ਦੇਣਾ ਹੈ ਇੱਕ ਸੋਲਨੇਸ਼ੀਡ ਫੈਮਿਲੀ ਤੋਂ ਮਲਵੇਸ਼ੀਆ 3 ਤੇ ਚੀਨੋਪੋਡੇਸ਼ੀਆ ਤੇ ਇੱਕ ਜਿੰਜਰ ਵਿਦੇਸ਼ੀਆ ਇਹ ਜਿਹੜੇ ਚਾਰ ਜਿਹੜੇ 4-5 ਜਿਹੜੇ ਮੈਂ ਪੁਆਇੰਟ ਜਿਹੜੇ ਕਿਤੇ ਨੇ ਹਾਈਲਾਈਟ ਤੁਸੀਂ ਇਹਨਾਂ ਤੇ ਜਿਹੜਾ ਹੈ ਧਿਆਨ ਦੇਣਾ ਹੈ ਉਮੀਦ ਕਰਦਾ ਹਾਂ ਅੱਜ ਦਾ ਇਹ ਲੈਕਚਰ ਜਿਹੜਾ ਹੈ ਸਮਝ ਆ ਗਿਆ ਹੋਊਗਾ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਟੌਪਿਕ ਦੇ ਨਾਲ ਉੱਤਕ ਲਈ ਬਣਾਤੀ ਆਵਦੇ ਆਲੇ ਦੁਆਲੇ ਦੇ ਰੱਖੋ ਖਿਆਲ ਧੰਨਵਾਦ